ਸਟੀਮਨ ਸਮੋਸਾ ਰੈਸਿਪੀ ਬਣਾਉਣ ਲਈ ਸਾਨੂੰ ਚਾਹੀਦਾ ਹੈ 3 ਮੀਡੀਅਮ ਆਲੂ, 1/2 ਕੱਪ ਮੈਦਾ, 1 ਟੀਸਪੂਨ ਅਜਵਾਇਨ, 1/2 ਕੱਪ ਵੈਜੀਟੇਬਲ ਆਇਲ, ਗ੍ਰੀਨ ਚਿਲੀ, ਮਟਰ ਦੇ ਦਾਣੇ, ਧਨੀਆ ਪਾਊਡਰ, ਗਰਮ ਮਸਾਲਾ, ਚਿਲੀ ਪਾਊਡਰ, ਆਮਚੂਰ ਤੇ ਸਾਲਟ। ਆਲੂ ਨੂੰ ਮਾਈਕ੍ਰੋਵੇਵ ਵਿੱਚ ਤਿਆਰ ਕਰ ਲਵੋ। ਇੱਕ ਬਾਊਲ ਵਿੱਚ 1/2 ਕੱਪ ਮੈਦਾ, 1 ਟੀਸਪੂਨ ਸਾਲਟ, 1 ਟੀਸਪੂਨ ਅਜਵਾਇਨ ਤੇ 1/2 ਕੱਪ ਵੈਜੀਟੇਬਲ ਆਇਲ ਪਾ ਕੇ ਹਲਕਾ-ਹਲਕਾ ਪਾਣੀ ਪਾ ਕੇ ਥੋੜਾ ਜਿਹਾ ਟਾਈਟ ਗੁੰਨੋ। ਹੁਣ ਇੱਕ ਪੈਨ ਵਿੱਚ ਓਲਿਵ ਆਇਲ ਪਾ ਕੇ ਆਲੂ ਨੂੰ ਕ੍ਰਸ਼ ਕਰਕੇ ਪਾ ਦਿਓ ਤੇ ਹੁਣ ਇਸ ਵਿੱਚ ਧਨੀਆ ਪਾਊਡਰ, ਗਰਮ ਮਸਾਲਾ, ਚਿਲੀ ਪਾਊਡਰ, ਆਮਚੂਰ ਤੇ ਨਮਕ ਪਾ ਦਿਓ। ਹੁਣ ਇਸ ਵਿੱਚ ਮਟਰ ਦੇ ਦਾਣੇ ਪਾ ਕੇ ਮੈਸ਼ ਕਰ ਲਵੋ। ਥੋੜੀ ਜਿਹੀ ਹਿੰਗ ਵੀ ਪਾ ਦਿਓ ਤੇ ਚੰਗੀ ਤਰ੍ਹਾਂ ਭੁੰਨ ਲਵੋ। ਹੁਣ ਇੱਕ ਕੜਾਹੀ ਵਿੱਚ ਆਇਲ ਪਾ ਕੇ ਗਰਮ ਹੋਣ ਦਿਓ ਤੇ ਤਿਆਰ ਕੀਤੇ ਮੈਦੇ ਨੂੰ ਵੇਲ ਕੇ ਕੱਟ ਕੇ ਆਲੂ ਨਾਲ ਫਿਲ ਕਰਕੇ ਇਹਨੂੰ ਹਲਕੀ ਆਂਚ ਤੇ ਫਰਾਈ ਕਰ ਲਵੋ ਤੇ ਹੁਣ ਇੰਜੋਏ ਕਰੋ ਚਾਹ ਦੇ ਨਾਲ ਗਰਮ-ਗਰਮ ਸਮੋਸੇ।